ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਜਗਵੰਤ ਜੀ। ਮੈਂ ਹਰੀਸ਼ ਬਠਲਾ, ਨੰਗਲ ਨਜ਼ਦੀਕ ਹਿਮਾਚਲ ਦਾ ਉਨਾ ਡਿਸਟ੍ਰਿਕਟ ਦੇ ਉਦਯੋਗਿਕ ਖੇਤਰ ਟਾਲੀਵਾਲ ਵਿਖੇ ਅਚਾਨਕ ਇੱਕ ਕੈਮੀਕਲ ਨਾਲ ਭਰਿਆ ਟਿੱਪਰ ਪਲਟ ਗਿਆ, ਜਿਹਨੂੰ ਪੜਦੇ ਸਾਰ ਹੀ ਭਿਆਨਕ ਅੱਗ ਲੱਗ ਗਈ। ਚਾਰਾ ਵਜੇ ਧੂੰਏ ਧੂੰਆਂ ਨਜ਼ਰ ਆ ਰਿਹਾ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਈ ਲੱਗੀਆਂ ਹੋਈਆਂ ਹਨ, ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਤੁਹਾਨੂੰ ਦਿਖਾਉਂਦੇ ਹਾਂ ਭਿਆਨਕ ਤਸਵੀਰਾਂ। ਬੰਬ ਫੁੱਟ ਰਹੇ ਦੇਖ ਨਾ। ਜਗਵੰਤ ਟੀਵੀ ਲਈ ਮੈਂ ਹਰੀਸ਼ ਬਠਲਾ।